ਹੈਲੋ ਸਟੂਡੈਂਟਸ ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 8 ਚੱਲ ਰਿਹਾ ਔਰ ਟ੍ਰਿਗਨੋਮੈਟਰੀ ਐਕਸਰਸਾਈਜ਼ 8.1 ਜਿਸ ਦਾ ਕੁਐਸਚਨ ਨੰਬਰ ਹੈ ਸਾਡੇ ਕੋਲ 9th ਸੋ ਕੁਐਸਚਨ 'ਚ ਸਾਡੇ ਕੋਲ 기ਵਨ ਕੀ ਹੈ ਕਿ ਇੱਕ ਟ੍ਰਾਇੰਗਲ ਹੈ ਸਾਡੇ ਕੋਲ ABC ਦਿੱਤੀ ਗਈ B ਤੇ ਰਾਈਟ ਐਂਗਲ ਬਣਿਆ ਹੋਇਆ ਹੈ ਸਾਡੇ ਕੋਲ ਸੋ ਸੋਲੂਸ਼ਨ ਦੇ ਵਿੱਚ ਅਸੀਂ ਇੱਕ ਟ੍ਰਾਇੰਗਲ ਪਹਿਲਾਂ ਬਣਾਉਨੇ ਹਾਂ ਸੋ A ਸਾਡੇ ਕੋਲ ਇੱਕ ਟ੍ਰਾਇੰਗਲ ਬਣ ਰਹੀ ਹੈ ਸੋ ਰਾਈਟ ਐਂਗਲ ਜਾਨੀ ਕਿ 90 ਡਿਗ ਦਾ ਕੋਣ ਸਾਡੇ ਕੋਲ ਕਿੱਥੇ ਬਣ ਰਿਹਾ ਹੈ ਪੁਆਇੰਟ B ਤੇ ਇਟ ਮੀਨ ਸਾਡਾ A ਵਾਲਾ ਹੋ ਗਿਆ ਰਾਈਟ ਐਂਗਲ ਤੇ ਇਹ ਪੁਆਇੰਟ ਸਾਡਾ ਹੋਏਗਾ ਬੀ ਇਹ ਸਾਡਾ ਏ ਹੋ ਗਿਆ ਤੇ ਇਹ ਪੁਆਇੰਟ ਹੋ ਗਿਆ ਸੀ ਇਫ ਟੈਨ a 1 √3 ਸੋ ਟੈਨ a ਸਾਡੇ ਕੋਲ ਦਿੱਤਾ ਗਿਆ ਹੈ 1 √3 ਹੁਣ a ਦੇਖੋ ਤਾਂ ਸਾਡੇ ਕੋਲ ਐਂਗਲ ਕਿਤੇ ਆ ਗਿਆ a ਤੇ ਇਹ ਸਾਡੇ ਕੋਲ ਇੱਕ θ ਜਿਹੜਾ ਐਂਗਲ ਹੈ ਉਹ ਬਣ ਰਿਹਾ ਹੈ ਹੁਣ ਰਾਈਟ ਐਂਗਲ ਦੇ ਓਪੋਜ਼ਿਟ ਸਾਈਡ ਸਾਨੂੰ ਪਤਾ ਕਿਹੜੀ ਹੁੰਦੀ ਹੈ h ਆ ਤੇ θ ਦੇ ਓਪੋਜ਼ਿਟ ਸਾਡੀ ਸਾਈਡ ਹੋਵੇ p ਐਂਗਲ ਦੇ ਓਪੋਜ਼ਿਟ ਤੇ ਇਹ ਸਾਡੇ ਕੋਲ ਹੈਗੀ ਸਾਈਡ ਸਾਡੇ ਕੋਲ ਜਿਹੜੀ ਲੈਫਟ ਬਚੀ ਹੈ بیس ਆਧਾਰ ਰਹਿ ਗਿਆ ਸਾਡੇ ਕੋਲ ਹੁਣ ਟੈਨ A ਦੀ ਜਿਹੜਾ ਰੇਸ਼ਿਓ ਅਸੀਂ ਦੇਖੀਏ ਟੈਨ ਦੀ ਸਾਡੇ ਕੋਲ ਰੇਸ਼ਿਓ ਕੀ ਹੁੰਦੀ ਹੈ P ਓਵਰ B ਹੁਣ ਇਸ ਦੇ ਵਿੱਚ ਸਾਡੇ ਕੋਲ P ਕਿੰਨਾ ਆ ਰਿਹਾ 1 ਅਤੇ B ਕਿੰਨਾ ਆ ਰਿਹਾ √3 ਹੁਣ ਜੋ ਅਸੀਂ ਫਾਈਂਡ ਕਰਨ ਹੈ ਸਾਡਾ ਫਸਟ ਪਾਰਟ ਹੈ ਉਸ ਵਿੱਚ ਦੇਖੋ ਸਾਡੇ ਕੋਲ sin A ਹੈ cos C ਹੈ ਯਾਨੀ ਕਿ ਸਾਈਨ ਫਾਇੰਡ ਕਰਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਜਿਹੜੀਆਂ ਸਾਈਡ ਚੱਲਣਗੀਆਂ ਜਦੋਂ ਸੀ ਤੇ ਆ ਗਏ ਅਸੀਂ ਤਾਂ ਸਾਡਾ ਐਂਗਲ ਜਿਹੜਾ ਉਹ ਚੇਂਜ ਹੋ ਗਿਆ ਤਾਂ ਸਾਡਾ ਪੀ ਜਿਹੜਾ ਹੈ ਉਹ ਵੀ ਚੇਂਜ ਹੋ ਜਾਏਗਾ ਹੁਣ ਅਸੀਂ ਵੇਖਦੇ ਹਾਂ ਦੇਖੋ ਕਿ ਸਾਡੇ ਕੋਲ ਪੀ 1 ਹੈ ਬੀ ਕਿੰਨਾ ਹੈ √3 ਇਹ ਸਾਡਾ 1 ਆ ਗਿਆ ਇਹ ਸਾਡਾ ਆ ਗਿਆ √ 3 ਐਚ ਸਾਡੇ ਕੋਲ ਨਹੀਂ ਹੈ ਐਚ ਅਸੀਂ ਫਾਇੰਡ ਕਰਨੀ ਹੈ ਸੋ ਅਸੀਂ ਯੂਜ਼ ਕੀ ਦੀ ਕਰਦੇ ਹਾਂ ਪਾਈਥਾਗੋਰਸ ਥਿਊਰਮ ਦਾ ਸੋ ਜੋ ਸਾਡੇ ਕੋਲ h equal to ਹੋ ਗਿਆ √ p² b² ਜਿਸ ਤਰ੍ਹਾਂ ਅਸੀਂ ਇਸ ਸਾਈਡ ਤੇ ਫਾਰਮੂਲੇ ਲਿਖ ਕੇ ਰੱਖੇ ਹੋਣ ਪਹਿਲਾਂ ਹੀ ਸੋ h ਸਾਡਾ ਆ ਗਿਆ p ਕਿੰਨਾ ਹੈ ਸਾਡਾ 1 1 ਦਾ ਸਕੁਅਰ b ਕਿੰਨਾ ਹੈ √3 ਸੋ √3 ਦਾ ਸਕੁਅਰ ਹੋ ਗਿਆ ਸਾਡੇ ਕੋਲ ਹੁਣ ਸਕੁਅਰ ਦੇ ਨਾਲ √ ਜਿਹੜਾ ਸਾਡਾ ਕੈਨਸਲ ਹੋ ਗਿਆ ਤੇ ਸਾਡੇ ਕੋਲ h ਜਿਹੜਾ ਕਿੰਨਾ ਆ ਜਾਏਗਾ ਏ ਆ ਗਿਆ ਸਾਡੇ ਕੋਲ 1 ਦਾ ਸਕੁਅਰ ਕੀਤਾ 1 ਆ ਗਿਆ ਸੋ 3 ਦਾ ਸਕੁਅਰ ਸੀ ਸਾਡੇ ਕੋਲ ਤੇ ਨਾਲ √ ਸੀਗਾ ਉਹ ਤਾਂ ਕੈਨਸਲ ਹੋ ਗਿਆ ਤੇ ਸਾਡੇ ਕੋਲ ਇਕੱਲਾ ਰਹਿ ਜਾਏਗਾ 3 ਤਾਂ ਸਾਡੇ ਕੋਲ h ਜਿਹੜਾ ਬਣਿਆ ਉਹ ਰਹਿ ਗਿਆ ਸਾਡੇ ਕੋਲ 1 ਤਾਂ 3 ਹੋ ਗਿਆ 4 ਹੁਣ 4 ਦਾ √ ਕਿੰਨਾ ਹੁੰਦਾ ਸਾਡੇ ਕੋਲ ਇਹ ਹੁੰਦਾ ਸਾਡੇ ਕੋਲ 2 ਇਹਦਾ ਮਤਲਬ h ਕਿੰਨਾ ਆਇਆ ਸਾਡਾ 2 ਆ ਗਿਆ ਹੁਣ ਸਭ ਤੋਂ ਪਹਿਲਾਂ ਅਸੀਂ a ਵਾਲੀ ਜੋ ਵੀ ਵੈਲਿਊਜ਼ ਫਾਈਂਡ ਕਰਨੀਆਂ ਨੇ ਅਸੀਂ ਉਹ ਕਰਾਂਗੇ ਸਾਨੂੰ sin a ਚਾਹੀਦਾ ਹੈ ਤੇ cos a ਚਾਹੀਦਾ ਹੈ ਸੋ sin a ਪੀ ਓਵਰ ਐਚ ਸੋ ਇਸ ਲਈ ਸਾਈਨ ਏ ਦੀ ਵੈਲਿਊ ਸਾਡੇ ਕੋ ਆ ਗਈ ਪੀ ਕਿੰਨਾ ਹੈ ਸਾਡਾ 1 ਅਤੇ ਐਚ ਕਿੰਨਾ ਆ 2 ਇਸ ਤਰ੍ਹਾਂ ਹੀ ਕੌਸ ਏ ਫਾਈਂਡ ਕਰਨਾ ਤਾਂ ਸਾਡੇ ਕੋ ਆ ਗਿਆ ਬੀ ਓਵਰ ਐਚ ਸੋ ਐਚ ਕਿੰਨਾ ਹੈ ਸਾਡਾ 2 ਤੇ ਬੀ ਕਿੰਨਾ ਹੈ ਰੂਟ 3 ਸੋ ਏ ਜਿਹੜੀ ਵੈਲਿਊ ਸਾਡੇ ਕੋ ਸਾਈਨ ਨੇ ਤੇ ਕੌਸ ਏ ਦੀ ਆਂਦੀ ਹੈ ਹੁਣ ਅਸੀਂ ਦੁਬਾਰਾ ਫਿਰ ਟ੍ਰਾਇੰਗਲ ਬਣਾਉਂਦੇ ਹਾਂ ਜਿਸ ਦੇ ਵਿੱਚ ਸਾਡਾ A ਪੁਆਇੰਟ B ਪੁਆਇੰਟ ਤੇ so, so, C ਪੁਆਇੰਟ ਰਹਿਣਗੇ ਹੁਣ ਦੇਖੋ ਸਾਡੇ ਕੋਲ ਇਹ ਤਾਂ ਰਾਈਟ ਐਂਗਲ ਹੈ ਇਸ ਦੇ ਓਪੋਜ਼ਿਟ ਸਾਈਡ ਤਾਂ ਸਾਡੀ ਐਚ ਹੈ ਜੂ ਸਾਡਾ ਹੈ 2 ਆ। ਕਲੀਅਰ? ਹੁਣ ਦੇਖੋ ਸਾਡੇ ਕੋਲ ਸੀ ਦੀ ਵੈਲਿਊ ਫਾਈਂਡ ਕਰਨੀ ਐਂਗਲ ਸੀ ਮਤਲਬ ਕਿ ਜਿਹੜਾ ਕੋ ਸੋਰੀ ਇਹ ਸਾਡਾ ਏ ਪੁਆਇੰਟ ਹੈ। ਇਹ ਸਾਡਾ ਸੀ ਹੈ। ਹੁਣ θ ਸਾਡੇ ਕੋਲ ਸੀ ਤੇ ਆ ਗਿਆ। ਹੁਣ ਇਸ ਤੇ ਓਪੋਜ਼ਿਟ ਜਿਹੜੀ ਸਾਈਡ ਹੋਏਗੀ ਉਹ ਸਾਡਾ ਕੀ ਬਣ ਜਾਏਗਾ ਪੀ ਅਤੇ ਏ ਹੋ ਜਾਏਗਾ ਬੀ ਸੀ ਅਕੋਰਡਿੰਗਲੀ ਠੀਕ ਹੈ ਜਦੋਂ ਐਂਗਲ ਸੀ ਤੇ ਜਾਂਦਾ ਹੈ ਤਾਂ ਇਹ ਸਾਡੇ ਕੋਲ ਸਾਈਡ ਸਾਡੇ ਕੋਲ ਸੇਮ ਹੀ ਰਹਿਣਗੀਆਂ। ਇਹ ਸਾਡਾ ਹੈ 1 ਵੀਰ ਹੁਣ ਦੇਖੋ ਸਾਡੇ ਕੋਲ ਟੈਨ ਇਹਦੀ ਰੇਸ਼ੋ ਕੀ ਹੈ 1 √3 ਤੇ p b ਹੁਣ p ਕਿੰਨਾ ਹੈ ਸਾਡੇ ਕੋਲ ਵਿੱਚ 1 ਅਤੇ b ਕਿੰਨਾ ਹੈ √3 ਹੁਣ a ਸਾਡੇ ਕੋਲ 1 ਹੋ ਜਾਏਗੀ ਅਤੇ e ਹੋ ਜਾਏਗਾ √3 ਹੁਣ ਅਸੀਂ ਆਪਣੇ ਕੁਐਸਚਨ ਤੇ ਆਉਂਦੇ ਹਾਂ ਪਹਿਲਾ ਭਾਗ ਹੈ ਜੋ ਸਾਡਾ sin a cos c cos a sin c ਹੁਣ ਅਸੀਂ ਇਹ ਦੇਖੋ c ਦੇ ਅਨੁਸਾਰ ਸਾਡੇ ਕੋਲ ਆ ਗਿਆ ਇਹਦੇ ਵਿੱਚ ਅਸੀਂ sin a ਜਾਂ cos c ਦੇ ਤੇ sin c ਦੀ ਵੈਲਿਊ ਫਾਈਂਡ ਕਰ ਲਈਏ ਸਾਡੇ ਕੋਲ ਕੀ ਆਂਦੀ ਹੈ ਸੋ ਇੱਥੇ ਦੇਖਦੇ ਹਾਂ ਅਸੀਂ sin c p h ਹੀ ਰਹੇਗਾ ਸਾਡੇ ਕੋਲ ਰੇਸ਼ਿਓ ਸਾਡੇ ਕੋਲ ਸੇਮ ਰਹੇਗੀ sin ਦੀ ਠੀਕ ਹੈ ਹੁਣ ਦੇਖੋ p ਸਾਡੇ ਕੋਲ ਕਿੰਨਾ ਹੈ ਜਦੋਂ ਐਂਗਲ c ਤੇ ਹੈ पी है साढ़ा एक और एच कि है दो एक वटा दो सो कोज सी सा कि है बी ओवर एच सो ये को आ गया रूट थ्री ओवर टू हूँ वैल्यू पुट करो साइनए कि वन पॉइंट टू कोज सी कि है रूट थ्री बाय टू सो यद में मल्टीप्लाई हो जाऊँगी रूट थ्री बाय टू य प्लस साढ़े को फिर आ गया कोस ए रूट थ्री बाय टू ਸੋ so, sin c ਕਿੰਨਾ ਹੈ ਸਾਡਾ 1/2 ਹੁਣ ਮਲਟੀਪਲਾਈ ਕਰੋ 2 2 ਦਾ 4 ਆ ਗਿਆ ਸਾਡਾ 1 ਨੂੰ √3 ਨਾਲ ਮਲਟੀਪਲਾਈ ਕੀਤਾ √3 ਆ ਗਿਆ ਸਾਡਾ ਪਲੱਸ ਆ ਗਿਆ ਫਿਰ ਸਾਡੇ ਕੋਲ √3 ਓਵਰ ਆ ਗਿਆ 4 ਹੁਣ LCM ਦੇਖੋ ਕਿੰਨਾ ਆ ਰਿਹਾ ਹੈ 4 ਉੱਪਰ ਆ ਗਿਆ ਸਾਡੇ ਕੋਲ √3 ਪਲੱਸ ਆ ਗਿਆ √3 ਸੋ √ √3 ਨੂੰ ਉਹਨਾਂ ਨੂੰ ਅਸੀਂ ਪਲੱਸ ਕੀਤਾ ਸਾਡੇ ਕੋਲ ਕਿੰਨੀ ਵਾਰੀ √3 ਆ ਰਿਹਾ ਹੈ 2 ਵਾਰੀ ਸੋ 2 ਵਾਰੀ ਵਰਗਮੂਲ 3 ਆਉਂਦਾ ਹੈ ਇਹ ਆ ਗਿਆ ਸਾਡੇ ਕੋਲ 2√3 ਓਵਰ 4 ਉਹ ਆਂਦਾ 2 2 2 ਦਾ 4 ਸਾਈਡਿਕ ਆਨਸਰ ਆ ਗਿਆ √3/2 ਸੋ ਇਸ ਕੁਐਸਚਨ ਦਾ ਜੋ ਸਾਡਾ ਆਨਸਰ ਆਇਆ √3/2 ਆਂਦਾ ਹੈ ਫਿਰ ਆਂਦਾ ਸਾਡਾ ਪਾਰਟ 2 ਸੋ ਜੋ ਹੈ ਸਾਡਾ cos a cos c sin a sin c ਹੁਣ ਅਸੀਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਾਂਗੇ ਠੀਕ ਹੈ cos a ਸਾਡਾ ਦੇਖੋ ਕਿੰਨਾ ਹੈ √3/2 3/2 cos c ਕਿੰਨਾ ਹੈ ਸਾਡਾ √3/2 sin a ਕਿੰਨਾ ਹੈ 1/2 ਅਤੇ sin c ਕਿੰਨਾ ਹੈ 1/2 ਹੁਣ ਮਲਟੀਪਲਾਈ ਕਰਦੇ ਹਾਂ 4 root √3 ਹੈ √3 ਦਾ ਹੋ ਗਿਆ ਸਾਡੇ ਕੋਲ ਸਕੁਅਰ 1 ਨੂੰ so, 1 ਨਾਲ ਮਲਟੀਪਲਾਈ ਕੀਤਾ 1 gaya, 2 ਨੂੰ 2 ਨਾਲ ਕੀਤਾ 2 2 4 ਸੋ ਇਹ √ ਕੈਨਸਲ ਹੋ ਗਿਆ ਸਾਡੇ ਕੋਲ ਆ ਗਿਆ 3/4 1/4 ਸੋ ਬਰਾਬਰ ਕੀ ਆ ਗਿਆ ਸਾਡੇ ਕੋਲ 4 ਐਲਸੀਐਮ ਆ ਗਿਆ ਉੱਪਰ ਆ ਗਿਆ ਸਾਡੇ ਕੋਲ 3 1 ਸੋ 3 1 ਆ ਗਿਆ 2 ਵਟਾ 4 ਸੋ 2 1 2 2 2 4 ਤਾਂ ਸਾਡੇ ਕੋਲ ਜੋ ਆਨਸਰ ਆਇਆ ਉਹ ਆ ਗਿਆ 1 2 ਸੋ ਇਸ ਕੁਐਸਚਨ ਦਾ ਸਾਡਾ ਆਨਸਰ ਕਿੰਨਾ ਆ ਗਿਆ 1 2 ਸੋ ਇਹ ਸੀ ਸਾਡਾ ਕੁਐਸਚਨ ਨੰਬਰ 9th ਜਿਸ ਦੇ ਵਿੱਚ ਸਾਡੇ ਕੋਲ ਕੋ ਟ੍ਰਾਇੰਗਲ ਸੀਗੀ ਐਂਗਲ B ਤੇ ਰਾਈਟ ਐਂਗਲ ਦੀ ਸੋਰੀ ਐਂਗਲ B ਸੀ ਸਾਡਾ ਰਾਈਟ ਐਂਗਲ ਸੋ ਉਸ ਦੇ ਅਕੋਰਡਿੰਗਲੀ ਸਾਡੇ ਕੋਲ H ਆ ਗਿਆ ਫਿਰ ਸਾਡੇ ਕੋਲ tan A ਦੀ ਰੇਸ਼ਿਓ ਦਿੱਤੀ ਗਈ ਸੀ ਜਿਸ ਸਾਡੇ ਕੋਲ P B ਆਇਆ P ਤੇ B ਆ ਗਏ H ਸਾਡੇ ਕੋਲ ਨਹੀਂ ਸੀ ਅਸੀਂ ਪਾਈਥਾਗੋਰਸ ਥਿਊਰਮ ਲਗਾਈ ਤੇ ਅਸੀਂ H ਫਾਈਂਡ ਕੀਤਾ ਫਿਰ ਅਸੀਂ ਦੇਖਿਆ ਕਿ ਸਾਡੇ ਕੋਲ ਐਂਗਲ ਸੀ ਉਹ ਚੇਂਜ ਹੋ ਰਿਹਾ ਹੈ 0.8 ਤੋਂ ਸੀ ਤੇ ਜਾ ਰਿਹਾ ਹੈ ਸੋ ਅਸੀਂ A ਤੋਂ C ਤੇ ਗਏ ਤਾਂ ਸਾਡੀ ਜਿਹੜੀ ਰੇਸ਼ੀਓ ਸੀਗੀਆਂ ਸਾਈਡ C ਤੇ B ਦੋਵੇਂ ਚੇਂਜ ਹੋ ਗਈਆਂ ਫਿਰ ਅਸੀਂ ਆਪਣੇ ਦੋ ਪਾਰਟਸ ਜਿਹੜੇ ਗਿਵਨ ਦਿੱਤੇ ਗਏ ਸੀ ਉਹਨਾਂ ਨੂੰ ਸੋਲਵ ਕੀਤਾ ਹੈ ਸੋ ਉਮੀਦ ਕਰਦਾ ਹੈ ਕਿ ਕੁਐਸਚਨ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰਨਾ ਹੈ ਵੀਡੀਓ ਨੂੰ ਲਾਈਕ ਜਰੂਰ ਕਰਨ ਹੈ ਜੇਕਰ ਵਧੀਆ ਲੱਗੀ ਹੈ ਜੇ ਕੋਈ ਕੋਈ ਚੇਂਜ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜੂਜੋ ਸੋ ਥੈਂਕ ਯੂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ